ਟਾਰੀ ਕੋਲ ਪਾਣੀ ਜਨਾਬ ਇੱਕ ਚੁੰਡੀ ਤਕਰੀਬਨ ਸਪਾ ਇੱਕ ਡੱਬੀ ਜਾਂ ਤਕਰੀਬਨ ਅੱਲਾ ਦੇ ਫਜ਼ਲ ਕਰਕੇ ਨਾਲ ਤੇ ਐਂਦੀ ਦਾ ਪਲੀਜ਼ ਆ ਤੁਹਾਨੂੰ ਪਾ ਕੇ ਚੈੱਕ ਕਰਾਣੀ ਹੈ ਠੀਕ ਹੈ ਅਸਲਾਮ ਵਾਲੇਕੁਮ ਭਾਈ ਸਾਹਿਬ ਕੀ ਹਾਲ ਹੈ ਖੈਰੀਅਤ ਨੂੰ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਅੱਜ ਦੀ ਵੀਡੀਓ ਜਿਹੜੀ ਬਹੁਤ ਹੀ ਅੱਛੀ ਤੇ ਬਹੁਤ ਹੀ ਜ਼ਬਰਦਸਤ ਹੈ ਇੰਜਨ ਨੂੰ ਜਨਾਬ ਗੱਡੀ ਦੇ ਸਾਫ਼ ਕਰਨ ਦਾ ਬਿਹਤਰੀਨ ਤਰੀਕਾ ਨੁਸਖਾ ਸਿਰਫ 100 ਰੁਪਿਆ ਇੰਜਨ ਤੁਹਾਡੀ ਗੱਡੀ ਦਾ 0 ਮੀਟਰ ਹੋਏਗਾ ਠੀਕ ਹੈ ਸਾਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੀ ਬੜੀ ਮਿਹਰਬਾਨੀ ਸ਼ੁਕਰੀਆ ਆਓ ਚੱਲਦੇ ਹਾਂ ਗੱਡੀ ਦੀ ਤਰਫ ਭਾਣ ਅਸੀਂ ਆ ਗਏ ਹਾਂ ਗੱਡੀ ਦੇ ਕੋਲ ਠੀਕ ਹੈ ਇਹ ਗੱਡੀ ਦਾ ਇੰਜਨ ਹੈ ਇਹ ਵੇਖੋ ਠੀਕ ਹੈ ਪਹਿਲੇ ਆ ਕਿਸ ਤਰ੍ਹਾਂ ਦਾ ਇਹਨੂੰ ਅਸੀਂ ਸਾਫ਼ ਕਰਾਂਗੇ ਤੇ ਸਾਫ਼ ਕਰਨ ਤੋਂ ਬਾਅਦ ਵੀ ਤੁਹਾਨੂੰ ਵਿਖਾਵਾਂਗੇ ਕਿ ਇੰਜਨ ਕਿਸ ਤਰ੍ਹਾਂ ਦਾ ਹੁੰਦਾ ਠੀਕ ਹੈ ਇਹਨੂੰ ਸਾਫ਼ ਕਰਨ ਵਾਸਤੇ ਇਹਨੇ ਚੀਜ਼ਾਂ ਸਿਰਫ ਦੋ ਚੀਜ਼ਾਂ ਨੇ ਠੀਕ ਹੈ ਇਹ ਸਾਫ਼ ਕਰਨ ਦੋ ਚੀਜ਼ਾਂ ਨੇ ਬਰਤਨ ਸਾਫ਼ ਕਰਨ ਵਾਲਾ ਤੇਲ ਠੀਕ ਹੈ ਨਾਲ ਇਹ ਟਾਟਰੀ ਠੀਕ ਹੈ ਨਾਲ ਇੱਕ ਬੁਰਸ਼ ਤੇ ਨਾਲ ਇੱਕ ਦੰਦ ਸਾਫ਼ ਕਰਨ ਵਾਲਾ ਬੁਰਸ਼ ਇਹ ਹਰ ਘਰ ਵਿੱਚ ਲੱਭ ਜਾਂਦਾ ਠੀਕ ਹੈ ਆਓ ਹੁਣ ਤੁਹਾਨੂੰ ਸਾਫ਼ ਕਰਕੇ ਵਿਖਾਉਂਦੇ ਹਾਂ ਇੰਜਨ ਨੂੰ ਇੰਜਨ ਕਿਸ ਤਰ੍ਹਾਂ ਸਾਫ਼ ਹੋਣਾ ਕੋਈ ਖਾਲੀ ਡੱਬੀ ਨਹੀਂ ਲਓ ਠੀਕ ਹੈ ਉਹ ਲੈ ਕੇ ਇਹਦੇ 'ਚ ਤੁਸੀਂ ਤੇਲ ਪਾਉਣਾ ਤਕਰੀਬਨ ਸਮਝ ਲਓ ਇੱਕ ਡੱਬੀ ਜਾਂ ਕੁਝ ਤਕਰੀਬਨ ਇੰਨਾ ਕੁ ਪਾ ਲਓ ਤਾਂ ਡੱਬੀ ਤੋਂ ਨਹੀਂ ਵੀ ਕੋਲ ਆਇਆ ਤੇ ਇੰਨਾ ਕੁ ਤੇਲ ਪਾਉਣਾ ਜੇ ਠੀਕ ਹੈ ਇਹ ਟਾਟਰੀ ਜਨਾਬ ਤੁਹਾਂ ਪਾਣੀ ਹੈ ਟਾਟਰੀ ਤੁਹਾਂ ਪਾਣੀ ਜਨਾਬ ਇੱਕ ਚੁੰਡੀ ਪਾਓ ਜੀ ਇੰਨੀ ਕੁ ਟਾਟਰੀ ਪਾਣੀ ਠੀਕ ਹੈ ਇੰਨੀ ਕੁ ਟਾਟਰੀ ਪਾਉਣ ਤੋਂ ਬਾਅਦ ਪਾਉਣਾ ਠੀਕ ਇਹ 'ਚ ਪਾਣੀ ਪਾਉਣਾ ਇੰਨਾ ਕੁ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਠੀਕ ਹੈ ਟਾਟ ਸੂਗਾ ਮਿਕਸ ਕਰ ਲੈਣਾ ਇਹਨੂੰ ਠੀਕ ਹੈ ਮਿਕਸ ਕਰਨ ਤੋਂ ਬਾਅਦ ਜਨਾਬ ਇੰਜਨ ਦੇ ਉੱਤੇ ਪਾਣੀ ਮਾਰਨਾ ਚੰਗੀ ਤਰ੍ਹਾਂ ਪਾਣੀ ਮਾਰ ਕੇ ਉਹਨੂੰ ਗਿੱਲਾ ਕਰ ਲੈਣਾ ਠੀਕ ਹੈ ਗਿੱਲਾ ਕਰਕੇ ਇੰਜ ਕਰ ਲੈਣਾ ਵੀ ਪਾਣੀ ਨੁਚੜਦਾ ਹੈ ਠੀਕ ਹੈ ਨੁਚੜਨ ਤੋਂ ਬਾਅਦ ਜਨਾਬ ਜਾ ਕੇ ਨਾ ਠੀਕ ਹੈ ਅਤੇ ਪਾਣੀ ਪਿੱਛੋਂ ਐਂ ਵੇਖੋ ਜਨਾਬ ਹੁਣ ਤੁਸੀਂ ਪਾਣੀ ਮਾਰਨ ਤੋਂ ਬਾਅਦ ਐਨਾ ਬਣਾਇਆ ਜਨਾਬ ਇੰਜਨ 'ਚ ਮਾਰਦਾ ਐਂ ਵੇਖਿਓ ਜਨਾਬ ਤੁਹਾਡੀ ਅੱਖਾਂ ਦੇ ਸਾਹਮਣੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਨਾਬ ਹੈ ਵੇਖੋ ਕੋਈ ਰੰਗ ਐ ਵੇਖਣ ਡਿਓ ਬੁਰਸ਼ ਨੂੰ ਚੰਗੀ ਤਰ੍ਹਾਂ ਤਸੱਲਾ ਨਾ ਮਾਰਨਾ ਟੈਨਸ਼ਨ ਨਹੀਂ ਲੈਣੀ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਲਓ ਭਾਈ ਐ ਵੇਖੋ ਬੁਰਸ਼ ਮਾਰਨਾ ਇੰਜ ਸਾਰੀ ਜਗ੍ਹਾ 'ਤੇ ਚੰਗੀ ਤਰ੍ਹਾਂ ਤਰ੍ਹਾਂ ਘੁੱਟ ਕੇ ਬੁਰਸ਼ ਮਾਰਨਾ ਠੀਕ ਹੈ ਅਤੇ ਐ ਵੇਖੋ ਦੰਦ ਸਾਫ਼ ਕਰਨ ਵਾਲਾ ਬੁਰਸ਼ ਮਾਰਨਾ ਜਿੱਥੇ ਜਿੱਥੇ ਤੁਹਾਨੂੰ ਸੰਘ ਨਜ਼ਰ ਆਉਂਦਾ ਨਾ ਇੰਜ ਦੰਦ ਸਾਫ਼ ਕਰਨ ਵਾਲਾ ਬੁਰਸ਼ ਜਿਹੜਾ ਇਹ 'ਤੇ ਮਾਰਨਾ ਠੀਕ ਹੈ ਚੰਗੀ ਤਰ੍ਹਾਂ ਮਾਰਨਾ ਕਾਰਪੇਟ 'ਤੇ ਵੀ ਮਾਰਨਾ ਠੀਕ ਹੈ ਸਾਰੀ ਗੱਡੀ 'ਤੇ ਮਾਰਨਾ ਇੰਜਨ ਦੇ ਉੱਤੇ ਬਸ ਜਿੱਥੇ ਤੁਹਾਨੂੰ ਸੰਘ ਨਜ਼ਰ ਆਉਣ ਡਿਆ ਠੀਕ ਹੈ ਐਂ ਵੇਖੋ ਤੁਹਾਡੇ ਸਾਹਮਣੇ ਵੱਜਣ ਡਿਆ ਵੱਜ ਰਿਹਾ ਇੰਜ ਹੀ ਗੱਲ ਇੰਜ ਮੇਰਾ ਭਰਾ ਮਾਰਨਾ ਵੇਖੋ ਗੱਲ ਹੈ ਵੇ ਭਰਾਵਾ ਹਰ ਬੰਦਾ ਮਸ਼ਵਰਾ ਹੀ ਦਿੰਦਾ ਕਿਉਂਕਿ ਵਜ੍ਹਾ ਹੈ ਵੇ ਹਰ ਕਿਸੇ ਦਾ ਫਾਇਦਾ ਹੋਣਾ ਚਾਹੀਦਾ ਵੇ ਨੁਕਸਾਨ ਨਹੀਂ ਕਿਸੇ ਦਾ ਹੋਣਾ ਚਾਹੀਦਾ ਠੀਕ ਹੈ ਕੋਈ ਮੁਸ਼ਕਲ ਕੰਮ ਨਹੀਂ ਹੈ ਠੀਕ ਹੈ ਕੋਈ ਡਾਊਟ ਇਸ਼ੂ ਨਹੀਂ ਹੈ ਵੀਡੀਓ ਨੂੰ ਮੇਰਾ ਭਰਾ ਸਾਰੇ ਸਬਸਕ੍ਰਾਈਬ ਕਰਿਓ ਅਤੇ ਲਾਜ਼ਮੀ ਸਬਸਕ੍ਰਾਈਬ ਕਰਿਓ ਜੀ ਅਤੇ ਸਿਰਫ 100 ਰੁਪਏ ਦੇ ਵਿੱਚ ਵੇਖੋ ਗੱਡੀ ਦਾ ਇੰਜਨ ਇੰਜ ਹੋ ਜਾਣਾ ਕਿ ਜਿਵੇਂ ਹੁਣੇ ਤੁਸੀਂ ਗੱਡੀ ਨਵੀਂ ਕਢਾ ਕੇ ਲਿਆਂਦੀ ਹੈ ਠੀਕ ਹੈ ਐਂ ਵੇਖੋ ਵੱਜ ਗਿਆ ਨਾ ਬੁਰਸ਼ ਐਂ ਵੇਖੋ ਹੁਣ ਪਾਣੀ ਵੱਜਣ ਲੱਗਾ ਗੱਡੀ ਦੇ ਉੱਤੇ ਐਂ ਵੇਖੋ ਤੁਹਾਡੀਆਂ ਅੱਖਾਂ ਦੇ ਸਾਹਮਣੇ ਲੋ ਭਾਈ ਐਂ ਵੇਖੋ ਲੋ ਐਂ ਪਹਿਚਾਨੀ ਜਾਂਦੀ ਜਨਾਬ ਉਹ ਇੰਜਨ ਸੀ ਜਿਹੜਾ ਪਹਿਲੇ ਸੀ ਐਂ ਵੇਖੋ ਐਂ ਵੇਖੋ ਜਰਾ ਇਹ ਦਾ ਕਾਰਪੇਟ ਚੈੱਕ ਕਰੋ ਠੀਕ ਹੈ ਥੋੜ੍ਹੀ ਜਿਹੀ ਰੋਸ਼ਨੀ ਘੱਟ ਹੀ ਲਿਖਾ ਦਾ ਵੇਖੋ ਗੱਡੀ ਕਾਰਪੇਟ ਚੈੱਕ ਕਰੋ ਇਹ ਕਿਆ ਬਾਤ ਹੈ ਇਹ ਹੈੱਡ ਵੇਖੋ ਗੱਡੀ ਦਾ ਇੰਜ ਲੱਗਦਾ ਗੱਡੀ ਦਾ ਹੈੱਡ ਹੁਣ ਹੀ 0 ਮੀਟਰ ਤੋਂ ਚਾੜਿਆ ਠੀਕ ਹੈ ਅਤੇ ਭਾਅ ਜੀ ਗੱਲ ਇਹ ਵੇ ਕਿ ਅਸਲ ਵਿੱਚ ਨਾ ਤੁਹਾਡੀਆਂ ਅੱਖਾਂ ਨੇ ਸਾਹਮਣੇ ਸਾਰਾ ਕੰਮ ਕੀਤਾ ਠੀਕ ਅਤੇ ਇੰਜ ਹੀ ਨਾ ਪਰਲੀ ਸਾਈਡ ਤੁਹਾਨੂੰ ਕਰਕੇ ਚੈੱਕ ਕਰਾਉਂਦੇ ਹਾਂ ਠੀਕ ਹੈ ਹੁਣ ਚੱਲਦੇ ਹਾਂ ਪਰਲੀ ਸਾਈਡ ਵੱਲ ਲਓ ਭਾਅ ਇਹ ਵੇਖੋ ਜਿਵੇਂ ਪਰਲੀ ਸਾਈਡ 'ਤੇ ਲਾਇਆ ਨਾ ਇੰਜ ਹੀ ਉਰਲੀ ਸਾਈਡ 'ਤੇ ਲਾਉਣਾ ਠੀਕ ਹੈ ਇਹ ਵੇਖੋ ਤੁਹਾਨੂੰ ਪਰਲੀ ਸਾਈਡ ਅੱਗੇ ਕਰਕੇ ਵਹਾਈਏ ਇਸ ਵਾਰ ਵਹਾਈਏ ਉਰਲੀ ਸਾਈਡ ਵੀ ਸੇਮ ਉਂਝ ਹੀ ਕਰਨੀ ਹੈ ਠੀਕ ਹੈ ਇੰਜ ਹੀ ਬੁਰਸ਼ ਮਾਰ ਕੇ ਜਨਾਬ ਇਹਨੂੰ ਕੋਈ 5 ਕੁ ਮਿੰਟ ਬੁਰਸ਼ ਮਾਰਨਾ ਠੀਕ ਹੈ ਫਿਰ ਇਹ ਛੋਟਾ ਬੁਰਸ਼ ਮਾਰਨਾ ਦੰਦ ਸਾਫ਼ ਕਰਨ ਵਾਲਾ ਠੀਕ ਹੈ ਇਹ ਬੁਰਸ਼ ਇੰਜ ਵੱਜੇਗਾ ਇਹ ਖੁੱਚਾਂ ਦੇ ਵਿੱਚ ਸਾਰਾ ਜੰਗ ਲੱਗ ਕੇ ਆਪਣੇ ਆਪ ਬਾਹਰ ਨਿਕਲ ਆਏਗਾ ਠੀਕ ਹੈ ਇਹ ਸਿਰਫ ਜਿਹੜਾ ਸਿਲਵਰ ਜਿਹੜਾ ਹੋਇਆ ਨਾ ਸਿਲਵਰ ਸਿਰਫ ਉਹਦੇ ਤੋਂ ਰੰਗ ਲਾਏ ਜੰਗ ਲਾਏਗਾ ਠੀਕ ਹੈ
ਹੋਰ ਨਹੀਂ ਕਿਸੇ ਚੀਜ਼ ਤੋਂ ਮਸਲਨ ਕਿ ਤੁਸੀਂ ਕਹੋ ਅਗਰ ਮਰਗਾੜਾਂ ਤੋਂ ਇੰਜ ਲੈ ਨਹੀਂ ਉਹ ਮਰਗਾੜ ਖਰਾਬ ਹੋ ਜਾਂਦੀ ਹੈ ਠੀਕ ਹੈ ਉਹਨਾਂ ਵਾਸਤੇ ਵੀ ਹੈ ਉਹ ਇਨਸ਼ਾ ਅੱਲਾਹ ਜੇ ਲੋਕੋ ਨੈਕਸਟ ਵੀਡੀਓ ਬਣੇਗੀ ਨਾ ਤਾਂ ਤੁਹਾਨੂੰ ਫਿਰ ਜਨਾਬ ਉਹ ਵੀ ਇਹਦੇ ਬਾਰੇ ਵੀ ਦੱਸਾਂਗੇ ਠੀਕ ਹੈ ਇਹ ਵੇਖੋ ਅਸੀਂ ਗੱਡੀ ਦਾ ਐਡਾ ਕੁ ਸੋਹਣਾ ਇੰਜਨ ਕਰ ਛੜਿਆ ਕਿ ਤੁਸੀਂ ਵੇਖ ਕੇ ਪਰੇਸ਼ਾਨ ਹੋ ਜਾਣਾ ਕਿ ਯਾਰ ਇੰਜਨ ਇੰਜ ਵੀ ਸਾਫ਼ ਹੁੰਦੇ ਨੇ ਠੀਕ ਹੈ ਇਹ ਵੇਖੋ ਜਨਾਬ ਪਾਣੀ ਵੱਜਣ ਲੱਗਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੱਜਣ ਡਿਆ ਪਾਣੀ ਇਹ ਵੇਖੋ ਜਨਾਬ इंजन का कारबेटर वेखो गड्डी 19 मॉडल है तो वेखो यदा इंजन वेखो तुम झाती मारो तो तुम परेशान हो जाना कि यार 19 मॉडल का इंजन हो सकता है ठीक है वेखो जी ये तू जी अगर दूजी साइड की तू भी साइड बहाने ए हब्बा से भी बहरों हब्बा भी वेखो जनाब किस तरह लिशक दी पब्बा वेखो जी ठीक है ए हब्बा साफ की ठीक है हब्बा से भी इंज ही मारना है ठीक है वेखो तू दूजी साइड बहा रहे ठीक है मजीद साफ नजर आ रहा है इंजन किस तरह साफ होंगे कि भी तुम कोई इशू हो किसी किस्म का मसला है इशू हो अलावा भाई तुम इस कोई मजीद वीडियो चाहिए हो किसम किस्म का कोई मसला कोई प्रॉब्लम कोई भी इशू हो जनाब तुम सू कमेंट में कर सकते हो रबता कर सकते हो कोई गल नहीं सू कमेंट हर किस्म की गल पूछ सकते हो ठीक है एक गाड़ी का इंजन थोड़े सामने बेहतरीन जबरदस्त हो गया प्लीज सब्सक्राइब लाजमी करो जनाब ओके अल्लाह हाफिज़।